ਇਹ ਪ੍ਰਦਰਸ਼ਨ ਇਹਨਾਂ ਦੇ ਵਿੱਚ ਆਉਂਦਾ। ਮੈਡਮ ਜੱਸੀ ਜੀ ਉਹਨਾਂ ਦੀ ਅਗਵਾਈ ਹੁੰਦੀ ਹੈ। ਮੀਡੀਆ ਦੀ ਦੁਨੀਆ ਦਾ ਵੀ ਧੰਨਵਾਦ ਹੈ, ਚਾਹੇ ਸਟੂਡੀਓ ਵਾਲੇ ਸਾਡੇ ਵੀਰ ਨੇ ਤੇ ਚਾਹੇ ਕਬੱਡੀ.com ਵਾਲੇ ਨੇ, ਚਾਹੇ ਬੈਰੀਕੇਡਸ ਵਾਲੇ ਨੇ, ਚਾਹੇ ਸਾਡੇ ਵੀ ਲਾਈਟਾਂ ਵਾਲੇ ਟੈਂਟ ਵਾਲੇ, ਚਾਹੇ ਸੁੱਖਾ ਬੰਸਲ ਜੀ, ਉਹਨਾਂ ਦਾ ਧੰਨਵਾਦ। ਲਓ ਇਧਰੇ ਪਾਸੇ ਦੇਖ ਰਹੇ ਨੇ, ਬਹੁਤ ਤੇਜ਼ ਤਰਾਰ ਹੋ ਗਈ ਬੱਲੇ ਬੱਲੇ ਹਰਨੇ ਪਾਸੇ, ਲਓ ਹਵਾ ਹਵਾਈ, ਹੁਣ ਵੇਖਣਾ ਵੀ ਗੱਲ ਕੀ ਬਣਦੀ। ਪੁਆਇੰਟ ਹਾਂ, ਕਹਿੰਦੇ ਵੀ ਰੇਡਰ ਦਾ ਪੁਆਇੰਟ ਹੈ, ਸਟੋਪਰ ਨੇ ਪਹਿਲਾਂ ਇਸ ਲਾਈਨ ਨੂੰ ਟੱਚ ਕੀਤਾ। ਲਓ ਇਧਰ ਜੁੜੀਏ ਫਿਰ ਖੇਡ ਮੈਦਾਨ ਦੇ ਵਿੱਚ, ਸ਼ਹੀਦ ਵਾਲਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਵੱਲੋਂ ਗਈ ਹੋਈ ਕਬੱਡੀ ਵੱਜ ਗਈ ਕੈਂਚੀ, ਹਾਂਡੇ ਦੂਰ ਸਮਾਂ ਬੀਤਦਾ। ਹੁਣ ਗੱਲ ਮੈਨੂੰ ਲੱਗਦਾ ਵੀ ਮੁਸ਼ਕਿਲ, ਜੇ ਆ ਰਫਾ ਲੱਗ ਗਿਆ ਤਾਂ ਤਾੜੀਆਂ ਆਪਾਂ ਵੀ ਜ਼ਰੂਰ ਮਾਰ ਦੇਵਾਂਗੇ ਇਹਦੇ ਪਾਸੇ। ਲਓ ਹੁੰਦਾ ਹੋਇਆ ਕਮਾਲ, ਪੈਗੀ ਬਿਠਾਓ ਮੇਰੀ ਪੁਆਇੰਟ ਜੋ ਹੈ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ। ਰਾਜਵੀਰ, ਰਾਜਵੀਰ ਦੀ ਕਬੱਡੀ ਪੈਂਦੀ ਹੋਈ ਗੋਲ ਜਿਹਾ ਦਾਇਰਾ ਦੋ ਹੰਦੇ ਵਿੱਚ ਦਿਸਦੇ। ਲਓ ਗੋਲ ਜਿਹਾ ਦਾਇਰਾ ਦੋ ਹੰਦੇ ਨੇ, ਚਾਰ ਬੱਚਿਆਂ ਮੈਦਾਨ ਦੇ ਵਿੱਚ। ਲਓ ਡੱਕਣ ਦੀ ਕੋਸ਼ਿਸ਼ ਪਰ ਰਾਜਵੀਰ ਇੱਕ ਹੋਰ ਨੰਬਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕਰਦੀ ਹੋਈ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਦੀਆਂ ਮੱਲਾ ਮਾਰੀਆਂ ਇਹਨਾਂ ਬੱਚਿਆਂ ਨੇ। ਧੀ ਘਰ ਜੰਮੇ ਖੜੇ ਬੁਰਾ ਕਿਉਂ ਮਨਾਉਂਦੇ, ਲੋਕੀ ਪੁੱਤਰਾਂ ਲਈ ਮੰਗਦੇ ਦੁਆਵਾਂ ਕਿਉਂ, ਧੀਆਂ ਹੱਥੋਂ ਖੋ ਕੇ ਮਾਵਾਂ ਪੁੱਤਾਂ ਨੂੰ ਖਮਾਉਂਦੀਆਂ ਨੇ, ਧੀਆਂ ਨੂੰ ਪਰਾਈਆਂ ਕਹਿਣ ਬਾਬਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ, ਤੈਨੂੰ ਕਦੀ ਡੋਲੀ ਨਾ ਬਿਠਾਉਂਦਾ। ਲਓ ਜਦੋਂ ਖੇਡਦੀ ਇਹਨਾਂ ਮੈਦਾਨਾਂ ਦੇ ਵਿੱਚ ਹੁੰਦੀ ਫਿਰ ਮੈਂ ਵੱਜ ਗਈ ਕੈਂਚੀ ਤੇ ਕਬੱਡੀ ਕਲੱਬ ਮੋਗਾ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋ। ਲਓ ਉਧਰੇ ਪਾਸੇ ਦੇਖਦੇ ਭੂਰੀ ਦੀ ਕਬੱਡੀ ਪੈ ਗਈ ਹੈ। ਲਓ ਭੂਰੀ ਬੜੀ ਤੇਜ਼ ਤਰਾਰ ਖਿਡਾਰਨ ਹੁੰਦੀ ਹਵਾ ਹਵਾਈ, ਬਹੁਤ ਵਧੀਆ ਨੰਬਰ ਹੈ ਭੂਰੀ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ। ਹੁਣ ਜੋ ਹੈ ਸਮਾਂ ਫਾਸਟ ਹੋ ਗਿਆ, ਨਾ ਥੋੜੇ ਛੋਟੇ ਹੋ ਗਏ, ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਪਹਿਲਾਂ ਪ੍ਰਕਾਸ਼ੋ, ਕਦੀ ਨਿੰਦਰੋ, ਕਦੀ ਕਰਤਾਰੀ, ਕਦੀ ਬਚਨੋ, ਕਦੀ ਮਹਿੰਦਰ ਕੌਰ, ਇਹ ਨਾਮ ਜਿਹੜੇ ਪ੍ਰਸਿੱਧ ਰਹੇ ਪੰਜਾਬ ਦੇ ਪਿੰਡਾਂ ਦੇ, ਪਰ ਹੁਣ ਕੋਈ ਅਮਨ ਹੈ, ਹੈ ਕੋਈ ਭੂਰੀ ਹੈ। ਲਓ ਇਸ ਮੈਦਾਨ ਦੇ ਵਿੱਚ ਫਿਰ ਪਈ ਹੋਈ ਕਬੱਡੀ ਦੇਖ ਦੇਵੇ, ਕੌਣ ਕੌਣ ਬੱਚੀਆਂ ਪੂਰੀਆਂ ਪਾਉਂਦੀਆਂ ਨੇ ਖੇਡ ਮੈਦਾਨਾਂ ਦੇ ਵਿੱਚ। ਪੰਡਾਲ ਦੋਨਾਂ ਤੇ ਪਰਮਜੀਤਪੁਰ ਟੀਮਾਂ ਜਲਦੀ ਖੇਡ ਮੈਦਾਨ ਵਿੱਚ ਆ ਜਾਣਾ। ਟਾਲੀਵਾਲ ਬੇਰ ਤੇ ਟੁੱਲੋ ਲੰਗਲ ਟੋਟਰ ਮੱਲ ਗੁਰਦਾਸਪੁਰ ਦੀ ਟੀਮ ਸਪੈਸ਼ਲ ਪਹੁੰਚੀ ਹੈ ਵਰਸਿਜ ਕਾਰੀ ਸਾਰੀ ਪਹਿਲੀਆਂ ਵਰਸਿਜ ਭੁਲਾਣਾ, ਇਹ ਬੇਨਤੀ ਹੈ ਟੀਮਾਂ ਨੂੰ, ਪਹਿਲੇ ਰਾਊਂਡ ਦੀਆਂ ਟੀਮਾਂ ਨੇ, ਸੋ ਜਲਦ ਇਹ ਟੀਮਾਂ ਆਪ ਆਪਣੇ ਮੁਕਾਬਲੇ ਨੂੰ ਖੇਡਣ ਵਾਸਤੇ ਖੇਡ ਮੈਦਾਨ ਵਿੱਚ ਰਿਪੋਰਟ ਕਰਨ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਇੱਕ ਹੋਰ ਅੰਕ ਜੁੜਦਾ ਹੋਇਆ। ਰਾਜੂ ਜੀ ਦੇ ਇਧਰ ਪਾਸੇ ਸੋਨੂੰ ਮੋਠਾਂਵਾਲ ਰੈਫਰੀ, ਇਸ ਮੈਚ ਦੇ ਸਿਰ ਅਫੀਸ਼ਲ ਸਾਹਿਬਾਨ ਕਿ ਜੇ ਸੌ ਚੰਗਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚੰਨਣ ਹੁੰਦਿਆਂ ਗੁਰਬਿਨ ਕੋਰ ਅੰਦਰ ਗਿਆ ਵਕਤ ਨਾ ਫਿਰ ਹੱਥ ਆਮਦਾ ਛੁੱਟਾ ਕਮਾਨ ਮੁੜਦਾ ਮੁਰਸ਼ਦ ਬਾਜਰਾ ਦਿਸਦਾ ਰਾਹ ਕੋਈ ਤੇ ਦੁੱਧਾ ਬਾਜਰਾ ਰਿੱਜ ਦੀ ਖੀਰ ਨਹੀਂ ਹੈ।
ਗਗਨ ਦੀ ਕਬੱਡੀ ਪੈਂਦੀ ਹੈ। ਗਗਨ ਕੋਈ ਆਕਾਸ਼ ਆਖਦਾ, ਕੋਈ ਗਗਨ ਆਖਦਾ, ਕੋਈ ਸਕਾਈ ਕੋਈ ਅਸਮਾਨ ਆਖਦਾ। ਲਓ ਇਧਰ ਗੱਲ ਖੇਡ ਕਬੱਡੀ ਦੀ। ਗਗਨ ਰੋਡ ਰੇਡਰ ਇਸ ਸਮੇਂ ਮੈਦਾਨ ਦੇ ਵਿੱਚ ਹੁੰਦੀ ਹੋਈ ਬੱਲੇ ਬੱਲੇ ਮੇਰੀ ਇੱਕ ਹੋਰ ਅੰਕ ਜੋੜਦੀ ਹੋਈ ਗਗਨ ਆਪਣੀ ਟੀਮ ਦੇ ਵਾਸਤੇ ਬਹੁਤ ਵਧੀਆ ਨੰਬਰ, ਤਾੜੀਆਂ ਵੱਜੀਆਂ ਹੋਈਆਂ ਨੇ ਬੱਚੀਆਂ ਦੇ ਵਾਸਤੇ। ਵੱਡੀ ਹੌਸਲਾ ਅਫਜ਼ਾਈ ਜੋ ਹੈ ਉਹ ਕੀਤੀ ਜਾ ਰਹੀ ਹੈ ਇਸ ਸਾਡੇ ਆਯੋਜਕ ਪ੍ਰਯੋਜਕ ਸਾਰੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਜਿਹਨਾਂ ਦਾ ਵੱਡਾ ਸਹਿਯੋਗ ਹੈ। ਸਾਰੇ ਨੌਜਵਾਨਾਂ ਦਾ ਵੀ ਵਿਸ਼ੇਸ਼ ਧੰਨਵਾਦ ਹੈ। ਹਰਪ੍ਰੀਤ ਕੌਰ ਸਟਾਪਰ ਬਹੁਤ ਵਧੀਆ ਜਫਾ ਲਾਉਣ ਦੀ ਕੋਸ਼ਿਸ਼ ਕਰਦੀ ਹਰਪ੍ਰੀਤ। ਇਹ ਹਰਪ੍ਰੀਤ ਵੀ ਜਫਾ ਲਾ ਗਈ ਤੇ ਇਹਦੇ ਵਾਸਤੇ ਵੀ ਤਾੜੀਆਂ ਮਾਰਾਂਗੇ ਜ਼ੋਰਦਾਰ। ਲਓ ਹਰਪ੍ਰੀਤ ਗਿੱਟੇ ਨੂੰ ਚੁੰਮੜੀ ਹੋਈ ਮੇਰੀ ਸਹਿ ਬੰਦੀ ਹੋਈ ਕਮਾਲ। ਆਹ ਕਮਾਲ ਦੇਖ ਰਹੇ ਵੀ ਮੈਦਾਨ ਦੇ ਵਿੱਚ ਬੱਲੇ 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 ਮੌਜਾ ਹਚਕਾ ਹੰਦੇ ਤਾੜੀਆਂ ਪਾਏ ਹਰਪ੍ਰੀਤ ਕੌਰ ਬਹੁਤ ਵਧੀਆ ਨੰਬਰ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰ ਇੱਕ ਹੋਰ ਅੰਕ ਜੁੜਦਾ ਹੋਇਆ ਲੱਖ ਲੱਖ ਦੀ ਕਬੱਡੀ ਕੱਲੇ ਕੱਲੇ ਦਾ ਜੱਫਾ। ਗੁਰਦਿਆਲ ਸਿੰਘ ਜੀ ਫਰਾਂਸ ਹਰਪ੍ਰੀਤ ਕੌਰ ਦੇ ਵਾਸਤੇ 100 ਰੁਪਏ ਦਾ ਮਾਨ ਸਨਮਾਨ ਭੇਜਦੇ ਹੋਏ ਵਿਸ਼ੇ ਤੌਰ ਤੇ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਜੋ ਕੀਤੀ ਜਾ ਰਹੀ ਹੈ। ਲਓ ਪੂਰੀ ਦੀ ਕਬੱਡੀ ਦੇ ਪੂਰੀ ਨੇ ਹੁਣ ਤੋਂ ਨੰਬਰ ਲਿਆਵਾਂਗੀ ਤੇਰੇ ਵਾਸਤੇ ਵੀ ਤਾੜੀਆਂ ਵੱਜਣਗੀਆਂ ਜ਼ੋਰਦਾਰ। ਲਓ ਪੂਰੀ ਹੁਣ ਦੇਖ ਰਹੇ ਥੋੜੀ ਸਤਰਕ ਹੋ ਗਏ ਥੋੜੀ ਐਨ ਚੁਸਤੀ ਫੁਰਤੀ ਜੁਗਤੀ ਆਤਮ ਵਿਸ਼ਵਾਸ ਠਰਮਾ। ਪਰ ਗੱਲ ਮੈਨੂੰ ਲੱਗਦਾ ਵੀ ਹੁਣ ਮੁਸ਼ਕਿਲ ਹੋ ਗਈ, ਇਹਦੇ ਪਾਸੇ ਲਪੇਟਾ ਪੈ ਗਿਆ ਹੰਦੇ ਹੁਣ ਦੂਰ ਨੇ ਚੱਪਾ ਚੱਪਾ ਚਰਖਾ ਚੱਲ ਪਿਆ। ਲਓ ਕਹਿੰਦੇ ਵੀ ਕਮਾਲ ਹੁੰਦਾ ਹੋਇਆ ਪਿਆ ਹੋਇਆ ਲਪੇਟਾ। ਇਹ ਹੈ ਸਰਬਜੀਤ ਕੌਰ ਜੇ ਦਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹੋਈ ਪਰ ਭੂਰੀ ਦੀ 30 ਸੈਕਿੰਡ ਤੱਕ ਪਰ ਸਰਬਜੀਤ ਬਹੁਤ ਵਧੀਆ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਲਓ ਗਗਨ ਦੀ ਕਬੱਡੀ ਇਸ ਮੈਦਾਨ ਦੀ ਪਈ ਹੋਈ ਕਬੱਡੀ। ਇੱਕ ਪਾਸੇ ਮਾਲਵਾ ਮੋਗਾ ਔਰ ਦੂਸਰੇ ਪਾਸੇ ਕਪੂਰਥਲਾ ਦੀਆਂ ਟੀਮਾਂ। ਗਗਨ ਬਹੁਤ ਵਧੀਆ ਪ੍ਰਦਰਸ਼ਨ ਚੱਲਦਾ ਹੋਇਆ ਬਕਰਨ ਦੀ ਪੂਰੀ ਕੋਸ਼ਿਸ਼ ਤੇ ਪੁਆਇੰਟ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਨੰਬਰ। ਪਰਮਜੀਤਪੁਰ ਨਾਲ ਦੋਨਾਂ ਅਗਲਾ ਮੈਚ ਖੇਡਿਆ ਜਾਵੇਗਾ, ਉਸ ਤੋਂ ਬਾਅਦ ਟੀਮਾਂ ਜਲਦੀ ਤਿਆਰ ਹੋ ਕੇ ਗਰਾਊਂਡ ਦੇ ਲਾਗੇ ਆ ਜਾਣਾ। ਧਾਲੀਵਾਲ ਤੇ ਦੌਲੇ ਨੰਗਲ ਟੋਡਰ ਮੱਲ ਟਿਕਾੜੀ ਸਾਰੇ ਪਲਾਣਾ ਤੋਂ ਮੱਲੀਆਂ ਨੇ ਟੀਮਾਂ। ਲਓ ਇਧਰ ਪਾਸੇ ਕੁਲਦੀਪ ਕੌਰ ਕੀਪੇ ਕਹਿੰਦੇ ਪਿਆਰ ਦੇ ਨਾਲ ਹੋ ਗਈ ਬੱਲੇ ਬੱਲੇ ਡੱਕਰਣ ਦੀ ਪੂਰੀ ਕੋਸ਼ਿਸ਼ ਕਰਦੀ ਹੋਈ ਕੁਲਦੀਪ ਮਾਲਵਾਲ ਦੇ ਵਿੱਚ ਬਹੁਤ ਵਧੀਆ ਨੰਬਰ ਜੋ ਹੈ ਇਸ ਸਮੇਂ ਜੁੜਦਾ ਹੋਇਆ। ਇੱਕ ਹੋਰ ਅੰਕ ਅਗਲੇ ਮੈਚਾਂ ਵਾਲੀਆਂ ਟੀਮਾਂ ਵੀ ਚਾਰ ਵਾਰ ਤਿਆਰ ਰਹਿਣ ਸਾਨੂੰ ਸਹਿਯੋਗ ਦੇਣ ਪੂਰਾ। ਮਨਜਿੰਦਰ ਮਨਜਿੰਦਰ ਦੀ ਕਬੱਡੀ ਫਿਰ ਪੈਂਦੀ ਹੋਈ ਮਨਜਿੰਦਰ ਕੌਰ ਕਬੱਡੀ ਪਾਉਣ ਦੇ ਵਾਸਤੇ ਅੱਗੇ ਵਧਦੀ ਹੋਈ ਵੱਜ ਗਈ ਕੈਂਚੀ ਦੇ ਪੁਆਇੰਟ। ਦੇਖਦੇ ਵੀ ਜੁੜਦਾ ਹੋਇਆ ਇਸ ਸਮੇਂ ਬਹੁਤ ਵਧੀਆ ਅੰਕ ਜੋ ਹੈ ਸਟੋਪਰ ਦੇ ਉੱਤੇ। ਲਾ ਭੂਰੀ ਪੈ ਗਈ ਲੈ ਭੂਰੀ ਨੰਬਰ ਲਏ ਤੇ ਗੁਰਦਿਆਲ ਸਿੰਘ 100 ਰੁਪਏ ਆਪਾਂ ਭੂਰੀ ਦਾ ਮਾਨ ਸਨਮਾਨ ਕਰਨਾ ਇਸ ਬੱਚੀ ਦੀ ਖੇਡ ਬੜੀ ਪਿਆਰੀ ਰਹਿੰਦਾ ਜੀ ਉਹਨਾਂ ਦਾ ਧੰਨਵਾਦ। ਲਓ ਇੱਧਰ ਭੂਰੀ ਵੀ ਪਈ ਹੋਈ ਕਬੱਡੀ ਵਾਹ ਭੂਰੀ ਬਹੁਤ ਵਧੀਆ ਨੰਬਰ ਜੋ ਹੈ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ। ਸਾਡੇ ਗੁਰਦਿਆਲ ਸਿੰਘ ਜੀ ਫਰਾਂਸ ਵਾਲਿਆਂ ਦਾ ਧੰਨਵਾਦ ਦਾ ਧੰਨਵਾਦ ਪੂਰੀ। ਆ ਇਧਰ ਪਾਸੇ ਤੇਰੇ ਵਾਸਤੇ ਮਾਨ ਸਨਮਾਨ ਇਹ ਫਰਾਂਸ ਤੋਂ ਨੇ ਸਾਡੇ ਵੀਰ ਖੇਡ ਕਬੱਡੀ ਨੂੰ ਇਹਨਾਂ ਨੇ ਬੜਾ ਮਾਨ ਦਿੱਤਾ ਹੈ ਬੜਾ ਰੁਤਬਾ ਖੇਡ ਕਬੱਡੀ ਦਾ ਵਧਾਇਆ ਸਾਰੇ ਨਰੇ ਵੀਰਾਂ ਨੇ ਸਾਰੇ ਪ੍ਰਵਾਸੀਆਂ ਨੇ। ਲਓ ਇਧਰ ਦੇਖਣਾ ਨੇ ਗਗਨ ਦੀ ਪਈ ਹੋਈ ਕਬੱਡੀ ਫੜਿਆ ਗਿਆ ਗੋਟਾ ਗੱਲ ਮੁਸ਼ਕਿਲ ਹੁੰਦੀ ਹੋਈ ਸਮਾਂ ਬੀਤਦਾ ਹੋਇਆ ਸਮਾਂ ਬਲਵਾਨ ਹੈ ਤੇ ਕਬੱਡੀ ਦੀ ਮਹਾਨਤਾ ਹੈ ਦੁਨੀਆ ਭਰ ਦੇ ਵਿੱਚ ਬਹੁਤ ਵਧੀਆ ਜਫਾ ਤੇ ਪੁਆਇੰਟ। ਮਾਲਵਾ ਕਬੱਡੀ ਕਲੱਬ ਮੋਗਾ ਰਾਜ
ਰਾਜਵੀਰ ਦੀ ਕਬੱਡੀ ਨਾਲ ਫਿਰ ਜੁੜੀ ਹੈ ਭਾਈ ਇਸ ਮੈਦਾਨ ਦੇ ਵਿੱਚ। ਮਾਲਵਾ ਕਬੱਡੀ ਕਲੱਬ ਮੋਗਾ ਦੀ ਰਾਜਵੀਰ ਕਬੱਡੀ ਪਾਉਣ ਦੇ ਵਾਸਤੇ ਵੱਧਦੀ ਹੋਈ ਮੈਦਾਨ ਦੇ ਵਿੱਚ। ਵਾਹ ਪਈ ਹੋਈ ਕਬੱਡੀ ਲਓ ਕੀਪੇ, ਕੁਲਦੀਪ ਨੂੰ ਕੀਪੇ ਕਹਿੰਦੇ ਪਿਆਰ ਨਾਲ, ਬਹੁਤ ਵਧੀਆ ਕੁਲਦੀਪ ਦੀ ਕੋਸ਼ਿਸ਼ ਪਰ ਪੁਆਇੰਟ ਹੈ। ਰਾਜਵੀਰ ਮੋਗਾ ਦੇ ਵਾਸਤੇ ਇੱਕ ਹੋਰ ਅੰਕ ਦੇ ਜੁੜਦੇ। ਚੱਲ ਮਰਿੰਦਰ ਰੇਡ ਇਸ ਦੇ ਬੱਚਿਆਂ ਦੀ ਖੇਡ ਕਬੱਡੀ ਬਹੁਤ ਵਧੀਆ ਸ਼ੋ ਮੈਚਦਾ ਬਿਹਤਰੀਨ ਦੇਖਣ ਦੀ ਪ੍ਰਦਰਸ਼ਨ ਚੱਲਦਾ ਹੋਇਆ ਪਈ ਹੋਈ ਕਬੱਡੀ ਦਾ ਵੱਖਰਾ ਜਿਹਾ ਨਜ਼ਾਰਾ ਸ਼ੋ ਮੈਚਦਾ ਤੇ ਪੰਜਾਬੀ ਮਾਵਾਂ ਦੇ ਬਲਵਾਨ ਪੁੱਤ ਬਲੀਓ ਦੇ ਵੀ ਆਪੋ ਆਪਣੀ ਖੇਡ ਦਾ ਬਹੁਤ ਵੱਡੇ ਪੱਧਰ ਦਾ ਪ੍ਰਦਰਸ਼ਨ ਕਰਨ ਵਾਲੇ ਕਬੱਡੀ ਦੇ ਖਿਡਾਰੀ। ਵਾਹ ਧਾਲੀਵਾਲ ਤੇ ਦੌਲੋ ਨੰਗਲ ਟੋਡਰ ਮਲ ਤੇ ਕਾਰੀ ਸੜੀ ਭਲਾਣਾ ਤੇ ਮੱਲੀਆਂ ਇਹ ਟੀਮਾਂ ਤਿਆਰ ਹੋ ਕੇ ਆ ਜਾਏ। ਹੁਣ ਸਮਾਂ ਜੋ ਇਜਾਜ਼ਤ ਨਹੀਂ ਦੇ ਰਿਹਾ, ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਉਹ ਗਰਾਊਂਡ ਦੇ ਵਿੱਚ ਪੁੱਜਣ ਮਿਹਰਬਾਨੀ ਕਰਕੇ। ਜਿੰਨੇ ਵੀ ਮਾਨਯੋ ਸਤਿਕਾਰਯੋਗ ਵੀਰ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਪਹਿਲਵਾਨ ਸੋਹਣ ਸਿੰਘ ਜੀ ਪੱਡਾ ਜੀ ਦੇ ਸਮੁੱਚੇ ਪਰਿਵਾਰ ਦਾ, ਦੋਵੇਂ ਟੀਮਾਂ ਦੇ ਵਾਸਤੇ ਸੱਜੇ ਵੀਰ ਹਿੰਦਾ ਜਤਿੰਦਰ ਪੱਡਾ, ਧੀਰਾ ਪੱਡਾ, ਸਨੀ ਪੱਡਾ, ਅਰਮਾਨ ਪੱਡਾ ਤੇ ਅਜੀਤ ਪੱਡਾ, ਇਹ ਸਾਡੇ ਨੌਜਵਾਨ ਬਹੁਤ ਹੀ ਸਾਡੇ ਮਾਨਯੋਗ ਸਤਿਕਾਰਯੋਗ ਸਵਰਨ ਸਿੰਘ ਜੀ ਪਹਿਲਵਾਨ ਜੀ ਦੇ ਪੋਤੇ, ਵੱਡਾ ਮਾਨ ਸਨਮਾਨ ਜੋ ਦੋਵੇਂ ਟੀਮਾਂ ਦੇ ਵਾਸਤੇ 500 ਰੁਪਏ ਦਾ ਭੇਜਦੇ ਹੋਏ ਉੱਥੇ ਧੰਨਵਾਦ ਹੈ। ਚਰਨਜੀਤ ਸਿੰਘ ਜੀ ਚੰਨਾ ਫਰਾਂਸ, ਦਿਆ ਸਿੰਘ ਜੀ ਪੱਡਾ, ਲਖਵਿੰਦਰ ਸਿੰਘ ਜੀ ਪੱਡਾ, ਸੇਵਾ ਸਿੰਘ ਪੱਡਾ, ਸੁਰਜੀਤ ਸਿੰਘ ਜੀ ਪੱਡਾ ਫਰਾਂਸ ਤੇ ਸਰਬਜੀਤ ਸਿੰਘ ਜੀ ਪੱਡਾ ਫਰਾਂਸ, ਮੈਂ ਗੁਰਦਿਆਲ ਸਿੰਘ ਜੀ ਪੱਡਾ ਫਰਾਂਸ ਤੇ ਸਰਵਨ ਸਿੰਘ ਜੀ ਪੱਡਾ ਉਹਨਾਂ ਦੇ ਵੀਰ, ਸਮੁੱਚੇ ਸੁਰਗਵਾਸੀ ਮਹਿੰਦਰ ਸਿੰਘ ਸ਼ਹਿਰੀਆ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਾਂ। ਅੱਜ ਵੱਡੇ ਮਾਨ ਸਨਮਾਨ ਜੋ ਇਸ ਟੂਰਨਾਮੈਂਟ ਦੇ ਵਾਸਤੇ ਦਿੱਤੇ ਜਾ ਰਹੇ ਨੇ ਉੱਥੇ ਚਰਨਜੀਤ ਸਿੰਘ ਜੀ ਜਹਾਂਗੀਰਪੁਰ ਤੇ ਨਾਲ ਹੀ ਸਾਡੇ ਵਿਸ਼ੇਸ਼ ਤੌਰ ਤੇ ਵੀਰ ਬਲਜੀਤ ਸਿੰਘ ਜੀ ਫਰਾਂਸ, ਨੰਬਰਦਾਰ ਜਰਨੈਲ ਸਿੰਘ ਜੀ ਔਰ ਸੁਖਵੰਤ ਸਿੰਘ ਜੀ ਪੱਡਾ ਜਰਮਨ, ਮੰਗਲ ਸਿੰਘ ਜੀ ਡਰਾਈਵਰ ਤੇ ਨਾਲ ਹੀ ਸਾਡੇ ਵੀਰ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਜੀ, ਬੇਬੀ ਬੈਲਜੀਅਮ, ਸਭ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਲਓ ਜੁੜੀਏ ਖੇਡ ਮੈਦਾਨ ਦੇ ਨਾਲ। ਲਓ ਸਰਬੀ ਬਹੁਤ ਵਧੀਆ ਜੱਫਾ ਲਾ ਕੇ ਸਰਬੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਇੱਕ ਹੋਰ ਅੰਕ ਦਾ ਜੋ ਹੈ ਵਾਧਾ ਕਰਦੇ ਹੋਏ। ਅਗਲੀ ਕਬੱਡੀ ਦੇ ਨਾਲ ਫਿਰ ਜੁੜੀਏ ਇਸ ਮੈਦਾਨ ਦੇ ਅੰਦਰ ਪਈ ਹੋਈ ਕਬੱਡੀ ਦਾ ਬਹੁਤ ਵਧੀਆ ਬਿਹਤਰੀਨ ਪ੍ਰਦਰਸ਼ਨ ਚੱਲਦਾ ਹੋਇਆ। ਕਿਤੇ ਮਿਲ ਗਏ ਅੰਮੜੀ ਵੇ ਮੂਰੇ ਚੀਰ ਘਾਲ ਜਾ ਧਰਦਿਆਂ, ਇਹ ਧਰਤੀ ਸਾਰੀ ਵੇ ਬਾਬਲਾ, ਮੈਂ ਰੋ ਰੋ ਗਿੱਲੀ ਕਰਦਿਆਂ, ਚਿੱਤ ਕਰਨਾ ਹੌਲਾ ਵੇ ਜਾਂਦੀ ਵਾਰੀ ਗਲ ਨੂੰ ਲਾ ਕੇ, ਕਿਤੋਂ ਆ ਜਾ ਬਾਬਲਾ ਵੇ ਦੁੱਖੜਾ। ਧੀਆਂ ਦਾ ਆਪਣੇ ਸਤਿਕਾਰ ਕਰੀਏ ਸਾਰੇ, ਜਿਸ ਦੀ ਧੀ ਸੁਖੀ ਉਸਦਾ ਕਹਿੰਦੇ ਜਹਾਨ ਸੁਖੀ ਹੈ। ਹਰ ਮਾਂ ਪਿਓ ਦੀ ਇੱਛਾ ਹੁੰਦੀ ਵੀ ਮੇਰੀ ਧੀ ਜੋ ਹੈ ਉਸ ਲਓ ਇੱਧਰ ਗੱਲ ਖੇਡ ਕਬੱਡੀ ਦੀ ਮੈਦਾਨ ਦੇ ਵਿੱਚ ਬਹੁਤ ਵਧੀਆ ਲੱਗਦਾ ਹੋਇਆ ਜਫਾ ਦੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ। ਚੱਲ ਗਗਨ ਕਬੱਡੀ, ਇੱਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਸਾਰ ਗਏ, ਜੂਏ ਵਿੱਚ ਦਰੋਪਦੀ ਤੈਨੂੰ ਪਾਂਡੋ ਹਾਰ ਗਏ, ਸੱਤ ਭਾਈ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਬੁਰੀ ਬਣਾਤੀ, ਮਰਦ ਹਜ਼ਾਰਾਂ ਨੇ ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰਦੇ ਆ, ਕਿਸਮਤ ਬੁੜੀ ਆਪਣੇ ਹਿੱਸੇ ਦੀ ਦੁਨੀਆਂ ਮੈਂ ਤੇਥੋਂ ਵਾਰਦਿਆਂ ਗੁਰਦਾਸ ਮਾਨ ਜੀ ਕੀਤੇ ਇਹਨਾਂ ਬੱਚਿਆਂ ਦੇ ਆਪਣੇ ਗੀਤਾਂ ਦੇ ਵਿੱਚ ਹੈ ਬੜੀ ਪ੍ਰਮੁੱਖਤਾ ਦਿੱਤੀ। ਲਓ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਜੇਤੂ ਨੇ ਤਾੜੀਆਂ ਮਾਰਦੇ ਹੋਏ ਟੀਮਾਂ ਦੇ ਵਾਸਤੇ ਜ਼ੋਰਦਾਰ ਤਾੜੀਆਂ ਦੇ ਵਾਸਤੇ, ਥੈਂਕ ਯੂ ਮੈਡਮ। ਮਿਹਰਬਾਨੀ ਸਿੰਘ ਪੱਡਾ, ਸੁਰਜੀਤ ਸਿੰਘ ਪੱਡਾ,
ਸਰਬਜੀਤ ਸਿੰਘ ਜੀ ਪੱਡਾ, ਸਾਡਾ ਸਰ ਕੇਵਲ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਦੋਨਾਂ ਟੀਮਾਂ ਵਾਸਤੇ 500 ਰੁਪਇਆ ਵਿਸ਼ੇ ਤੌਰ ਤੇ ਇਹ ਮਾਨ ਸਨਮਾਨ ਪਹੁੰਚਿਆ। ਸਰ ਕੇਵਲ ਸਿੰਘ ਜੀ ਪੱਡਾ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਦੋਨਾਂ ਟੀਮਾਂ ਵਾਸਤੇ ਵੱਡਾ ਮਾਨ ਪਹੁੰਚੇ। ਗੁਰਦਿਆਲ ਸਿੰਘ ਜੀ ਪੱਡਾ ਫਰਾਂਸ ਤੋਂ ਸਾਡੇ ਵੀਰ, ਉਹਨਾਂ ਦੇ ਵੀਰ ਸਰਵਨ ਸਿੰਘ ਜੀ, ਸਵਰਗਵਾਸੀ ਸਮਿੰਦਰ ਸਿੰਘ ਸ਼ਰੇ ਜੀ ਦਾ ਪਰਿਵਾਰ, 500 ਰੁਪਇਆ ਜੇਤੂ ਟੀਮ ਦੇ ਵਾਸਤੇ ਮਾਨ ਸਨਮਾਨ। ਹਾਂ ਆ ਜਿਹੜੇ ਪਰਮਜੀਤਪੁਰ ਤੋਂ ਪੰਡਾਲ ਦੇ ਹੁੰਦਾ, ਅਗਲਾ ਮੈਚ ਪਰਮਜੀਤਪੁਰ ਤੋਂ ਪੰਡਾਲ ਦੇ ਹੁੰਦਾ। ਅਗਲੀ ਧਾਲੀਵਾਲ ਤੋਂ ਦੋਲੇ ਮੰਗਲ, ਟੋਡਰਮਲ ਤੇ ਗੁਰਦਾਸਪੁਰ, ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਹੋਵੇਗਾ। ਧਾਲੀਵਾਲ ਤੋਂ ਦੋਲੇ ਮੰਗਲ ਆ ਜਾਓ ਜਲਦੀ ਤੋਂ ਜਲਦੀ, ਟੋਡਰਮਲ ਤੇ ਕਾਰੀਸਰ ਨਾਲ ਹੀ ਭਲਾਣਾ ਦੇ ਮੱਲੀਆਂ, ਇਹ ਟੀਮਾਂ ਵੀ ਆ ਜਾਣ। ਪਰਮਜੀਤ ਸਿੰਘ ਪੰਜਵੜ, ਇਹ ਨੌਜਵਾਨ ਹੈਂਡੀਕੈਪਡ ਹੈ, ਸੋ ਬਾਹਾਂ ਦੇ ਭਾਰ ਗਰਾਊਂਡ ਦਾ ਜੋ ਚੱਕਰ ਲਗਾਵੇਗਾ। ਪਰਮਜੀਤ ਸਿੰਘ ਕਹਿੰਦਾ ਨੇ ਮੈਂ ਡੰਡ ਮਾਰ ਕੇ ਦਿਖਾਵਾਂ। ਪਰਮਜੀਤ ਸਿੰਘ ਉਹ ਚੱਲ ਸਟੇਜ ਵਾਲੇ ਪਾਸੇ ਚੱਲ ਜਾ ਨੌਜਵਾਨ, ਸੋ ਕੋਈ ਪਲੇਅਰ ਵਿੱਚ ਨਾ ਵੱਜੇ ਤੇ ਫਿਰ ਸੱਟ ਲੱਗ ਸਕਦੀ ਹੈ। ਪਰਮਜੀਤ ਸਿੰਘ ਇਹ ਨੌਜਵਾਨ ਜੋ ਹੈ ਪ੍ਰਦਰਸ਼ਨ ਕਰਕੇ ਦਿਖਾਵੇਗਾ, ਡੰਡ ਮਾਰ ਕੇ ਦਿਖਾਵੇਗਾ। ਮੇਰੇ ਤੋਂ ਸੱਜੇ ਪਾਸੇ ਟੀਮ ਜੋ ਹੈ ਇਸ ਮੈਦਾਨ ਦੇ ਵਿੱਚ ਪਰਮਜੀਤਪੁਰ ਦੀ ਹੈ, ਔਰ ਮੇਰੇ ਤੋਂ ਖੱਬੇ ਪਾਸੇ ਪੰਡਾਲ ਦੋਨਾਂ। ਦੋਵੇਂ ਪਿੰਡਾਂ ਨੇ ਬੜੇ ਮਹਾਨ ਕਬੱਡੀ ਦੇ ਖਿਡਾਰੀ ਪੈਦਾ ਕੀਤੇ। ਪਰਮਜੀਤਪੁਰ ਦੇ ਰਾਜਵੀਰ ਸਾਹ ਵਰਗੇ ਨੌਜਵਾਨ, ਦਵਿੰਦਰ ਸਿੰਘ ਕਾਲੇ ਵਰਗੇ ਬਹੁਤ ਵਧੀਆ ਕਬੱਡੀ ਦੇ ਖਿਡਾਰੀ, ਡੀਸੀ ਵਰਗੇ ਨੌਜਵਾਨ ਕਬੱਡੀ ਦੇ ਖਿਡਾਰੀ, ਔਰ ਦੂਸਰੇ ਪਾਸੇ ਪੰਡਾਲ ਦੋਨਾਂ। ਕਦੇ ਬੇਬੇ ਦੀ ਗੱਲ ਹੋਈ, ਕਦੇ ਨੌਜਵਾਨ ਜੱਸੇ ਦੀ ਗੱਲ ਹੋਈ, ਕਦੇ ਰਾਣੇ ਦੀ ਪੰਡਾਲ ਦੀ ਗੱਲ, ਔਰ ਕਦੇ ਸੁੱਖੇ ਪੰਡਾਲ ਦੀ ਗੱਲ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਦੀ। ਕਦੇ ਰਾਜੇ ਵਰਗੇ ਨੌਜਵਾਨ ਬਹਿਜਾ ਬਜਾ ਕਰਾਉਂਦੇ ਨਾ ਖੇਡ ਮੈਦਾਨਾਂ ਦੇ ਅੰਦਰ। ਧਾਲੀਵਾਲ ਦੇ ਦੋਲੇ ਮੰਗਲ ਆ ਜਾਓ ਜਲਦੀ ਤੋਂ ਜਲਦੀ, ਧਾਲੀਵਾਲ ਦੇ ਦੋਲੇ ਮੰਗਲ। ਹਾਂਜੀ ਰਾਜੂ ਪਾਜੀ, ਇੱਕ ਮਿੰਟ ਧਿਆਨ ਦਿਓ। ਰਾਜੂ ਜੀ, ਇਹ ਥੋੜਾ ਜਿਹਾ ਪ੍ਰਬੰਧਕ ਕਮੇਟੀ ਦਾ ਹੁਕਮ ਹੈ, ਟਾਈਮ ਥੋੜਾ ਘੱਟ ਕਰ ਦਈਏ, ਕਿਉਂਕਿ ਪਹਿਲੇ ਰਾਊਂਡ ਆਪਣੇ ਥੱਲੇ 4 ਮੈਚ ਬਚੇ ਆ, ਔਰ ਬਾਕੀ ਦੂਜਾ ਤੀਜਾ ਰਾਊਂਡ ਜਦ ਕੇ ਚੱਲਣਾ, ਇਸ ਕਰਕੇ ਬੇਨਤੀ ਹੈ ਟਾਈਮ ਥੋੜਾ ਘੱਟ ਕਰ ਦਈਏ। ਲਓ ਇੱਧਰ ਕਬੱਡੀ ਪੈਂਦੀ ਹੋਈ ਮੈਦਾਨ ਦੇ ਵਿੱਚ, ਵਾਹ ਕੁਲਦੀਪ ਸਿੰਘ ਨੌਜਵਾਨ ਹੈ, ਕੀਪਰ ਪਹਿਲੀ ਰੇਡ ਦੇ ਉੱਪਰ, ਤਨੌਲੀ ਦੇ ਜਗਤਾਰ ਮੰਗਲ, ਬਹੁਤ ਵਧੀਆ ਨੰਬਰ ਜੋੜਦੇ ਹੋ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਾਜਾ ਪੰਡਾਲ ਦੇ ਨੇਵਲ, ਦੋ ਰਾਜੇ ਖੇਡਦੇ ਨੇ, ਖੀਰਾਵਲੀ ਦੇ ਦੋ ਪੱਡੇ ਖੇਡਦੇ ਸਨ, ਇੱਕ ਵੱਡਾ ਪੱਡਾ ਛੋਟਾ ਪੱਡਾ, ਸੋ ਪੰਡਾਲ ਦੇ ਨੇ ਵੀ ਦੋ ਰਾਜੇ ਖੇਡਦੇ, ਇੱਕ ਵੱਡਾ ਰਾਜਾ ਤੇ ਇੱਕ ਛੋਟਾ ਰਾਜਾ। ਲਓ ਆਹ ਹੈ ਨੌਜਵਾਨ ਛੋਟਾ, ਰਾਜਾ ਦੀਪਾ ਹੜਾ ਤੋਂ ਕਾਹਦਾ ਜ਼ਿੰਦਗੀ ਨਾਲ ਸ਼ਰੀਕਾ, ਇਹ ਖੇਡ ਪੰਜਾਬੀਆਂ ਦੀ, ਇਹਨੂੰ ਰੱਖਣੀ ਚਮਕਾ ਸਿੰਘ ਫਸ ਕੇ ਗੁੱਲੀਆਂ ਦੇ ਮਿੱਤਰਾ, ਵੈਰੀ ਗੁੱਡ ਲੱਗ। ਆਓ ਬਹਾਦਰ ਸਿੰਘ, ਵਾਹ ਬਹਾਦਰ, ਬਹਾਦਰ ਦੀ ਪਈ ਹੋਈ ਇਸਨੇ ਅਗਲੀ ਕਬੱਡੀ ਨਾਲ ਜੁੜੀਏ, ਦੋਲੋ ਨੰਗਲ ਤੇ ਧਾਲੀਵਾਲ ਹਰੇ ਦੋਨੋਂ ਟੀਮਾਂ ਬਹੁਤ ਜਲਦ ਗਰਾਊਂਡ ਦੇ ਵਿੱਚ, ਵਾਹ ਮੇਰੀ ਸਹ। ਲਓ ਇੱਧਰ ਨੌਜਵਾਨ ਸੋਨੀ ਪੰਡਾਲ ਕੋਸ਼ਿਸ਼ ਕਰਦਾ ਹੋਇਆ ਡਕਲਣ ਦੀ, ਕਹਿੰਦੇ ਆਉਂਦੀ ਸ਼ਾਮ ਤੋਂ ਦੋਹਾਂ ਰੇਡਰਾਂ ਦੀ, ਜਦੋਂ ਕਾਲਮ ਭਲਵਾਨ ਨਾਲ ਲਾਲ ਹੁੰਦਾ, ਸੰਦੀਪ ਨੰਗਲਾਂ ਵੀ ਮੋੜਦਾ ਟੇਰੀਆਂ ਤੋਂ, ਜਦੋਂ ਹੈ ਲਾਲ ਹੁੰਦਾ ਯਾਦਾਂ ਸੁਰਖਬਰੀਆ ਚੰਨਾ ਭੇਟਾਂ ਦਾ, ਉਹਨਾਂ ਨੂੰ ਡੱਕ ਲੈਂਦੇ ਜਿਹਨਾਂ ਦੇ ਪੈਰਾਂ ਦੇ ਥੱਲੇ ਭਚਾਲ ਹੁੰਦਾ, ਕਲਮ ਦੇ ਧਨੀ ਕਾਲਮਾਂ ਦੇ ਬਾਹਰ ਸੇ ਗੱਲ ਕਰਦੇ, ਦੁਨੀਆਂ ਦੇ ਮਹਾਨ ਖਿਡਾਰੀਆਂ ਦੀ ਬੁਲਾਰੇ ਆਪੋ ਆਪਣੇ ਅੰਦਾਜ਼ ਦੇ ਵਿੱਚ ਗੱਲ ਕਰਦੇ ਨੇ। ਚੱਲ ਵੀ ਅੰਗਦ ਸਿੰਘ ਪਾ ਫਿਰ ਕਬੱਡੀ ਨੌਜਵਾਨ, ਸ਼੍ਰੀ ਗੁਰੂ ਗੋਬਿੰਦ ਮਹਾਰਾਜ ਦੀ ਬਖਸ਼ੀ ਹੋਈ ਸਿੱਖੀ ਸਰੂਪ ਦੇ ਵਿੱਚ ਖੇਡਦਾ, ਇਹ ਹੈ ਅੰਗਦ ਪਰਮਜੀਤਪੁਰੀ ਹੈ, ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਮੈਦਾਨ ਦੇ ਵਿੱਚ। ਪੰਡਾਲ ਦੇ ਅੰਦਰ 4 ਹਨੀ ਸੋਨੀ ਕੀਤਾ, ਮੈਂ ਬੇਨਤੀ ਕਰਾਂ ਦੋਨੋਂ ਟੀਮਾਂ ਲੜਕੇ ਦੀਆਂ ਪਹਿਲਾ ਤੇ ਦੂਜਾ ਪ੍ਰਾਈਜ ਹਾਸਲ ਕਰ ਲੈਣ, ਦੋਨੋਂ ਪਹਿਲਾਂ ਓਪੋਜਿਟ ਟੀਮ ਨੂੰ ਬੇਨਤੀ ਆਪਣਾ ਪ੍ਰਾਈਜ ਹਾਸਲ ਕਰ ਲਵੇ, ਓਪੋਜਿਟ ਟੀਮ ਲੜਕੀਆਂ ਦੀ।
ਸਾਡੇ ਕੈਮਰਾਮੈਨ ਕਬੱਡੀ ਕੰਸਲਟੈਂਟ ਨੂੰ ਬੇਨਤੀ ਹੈ ਪਲੀਜ਼ ਮੰਚ ਦੇ ਸਾਹਮਣੇ ਆ ਜਾਣਾ, ਪਰ ਨਾਲ ਪੰਜਾਬ ਸਟੂਡੀਓ ਦੇ ਕੈਮਰਾਮੈਨ ਨੂੰ ਬੇਨਤੀ ਹੈ ਆਪਣੇ ਕੈਮਰੇ ਲੈ ਕੇ ਮੰਚ ਦੇ ਬਸਿਆ ਜਾ। ਦੋਨੋਂ ਟੀਮਾਂ ਦਾ ਬਹੁਤ ਸ਼ਾਨਦਾਰ ਮੈਚ ਹੋਇਆ ਲੜਕੀਆਂ ਦਾ, ਜੇਤੂ ਤੇ ਉਪ ਜੇਤੂ ਟੀਮਾਂ ਨੂੰ ਬੇਨਤੀ ਹੈ ਉਹ ਦੋਨੋਂ ਟੀਮਾਂ ਮਾਨ ਸਮਾਨ ਲੈਣ। ਸਾਡੇ ਸੁਖਬੀਰ ਸਿੰਘ ਜੀ ਬਿੱਟੂ ਸੀਨੀਅਰ ਅਕਾਲੀ, ਔਰ ਨਾਲ ਸਾਡੇ ਵੀਰ ਹਿੰਦਾ ਜੀ ਫਰਾਂਸ, ਔਰ ਸਵਾ ਸਿੰਘ ਸਰਪੰਚ ਰਲ ਕੇ ਇਹ ਸਾਂਝੇ ਤੌਰ ਤੇ ਮਾਨ ਸਨਮਾਨ ਦਿੰਦੇ ਹੋਏ ਅੱਜ ਦੀਆਂ ਦੋਨਾਂ ਟੀਮਾਂ ਨੂੰ। ਲਓ ਇਧਰ ਬਹਾਦਰ ਪਰਮਜੀਤਪੁਰੀਆ ਦੀ ਪਈ ਹੋਈ ਕਬੱਡੀ, ਕੌਣ ਹਨੀ ਭੰਡਾਲ ਦੋਨੇ ਵਾਲਾ ਕਰਦਾ ਕੁਛ, ਐਲ ਸੀ ਡੀਆਂ ਜਿੱਤਦਾ ਨੌਜਵਾਨ, ਫਿਰ ਫੇਸਬੁੱਕ ਦੇ ਉੱਪਰ ਲਿਖਦਾ ਸੀ ਫਰੀਦਪੁਰ ਜਿਹੜੇ ਬੈਸਟ ਆਉਂਦੇ ਸੋ ਨੌਜਵਾਨਾਂ ਦੇ ਸੁਪਨੇ ਸਾਕਾਰ ਹੁੰਦੇ। ਅੱਜ ਕਿਹਦਾ ਸੁਪਨਾ ਸਾਕਾਰ ਹੋਵੇਗਾ ਜਦ ਆਹ ਨੌਜਵਾਨ ਖੇਡਦਾ ਕਬੱਡੀ ਖਾਣ ਵਾਲੀ ਜਿੰਦਰ ਦੀ ਟੀਮ ਲਈ, ਤੇ ਲੋਕ ਗੱਲਾਂ ਕਰਦੇ ਸਨ ਵੀ ਇਸ ਨੌਜਵਾਨ ਦਾ ਸਟਾਈਲ ਸਿੱਧ ਮੰਦੇ ਜੱਸੇ ਵਰਗਾ ਹੈ, ਆਹ ਹੈ ਰਾਜਾ ਭੰਡਾਲ ਦੋਨੇ ਵਾਲਾ, ਬਹੁਤ ਵਧੀਆ ਪੜ੍ਹ ਲਿਖ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਵਾਸਤੇ। ਇਧਰ ਅਗਲੀ ਲੋੜ ਦੇ ਨਾਲ ਫਿਰ ਜੁੜੀ ਦੌਲੋ ਨੰਗਲ ਦੇ ਧਾਲੀਵਾਲ, ਦੌਲੋ ਨੰਗਲ ਦੀ ਟੀਮ ਆ ਗਈ, ਧਾਲੀਵਾਲ ਦੀ ਟੀਮ ਆ ਗਈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਧਾਲੀਵਾਲ। ਉਸ ਤੋਂ ਬਾਅਦ ਟੋਡਰਮਲ ਤੇ ਕਾਹਲੀ ਸਾਰੀ ਭਲਾਣਾ ਤੇ ਮੱਲੀਆਂ, ਇਹ ਟੀਮਾਂ ਵੀ ਆ ਜਾਣ ਜਲਦੀ ਤੋਂ ਜਲਦੀ। ਆਓ ਬਹੁਤ ਵਧੀਆ ਪੁਆਇੰਟ ਭੰਡਾਲ ਦੋਨਾਂ ਦੀ ਟੀਮ ਦੇ ਲਈ ਜੁੜਦਾ ਹੋਇਆ, ਧਾਲੀਵਾਲ ਦੀ ਟੀਮ ਜਲਦੀ ਗਰਾਊਂਡ ਦੇ ਉੱਪਰ ਜਾਵੇ, ਦੌਲੋ ਨੰਗਲ ਦੀ ਟੀਮ ਇਸ ਸਮੇਂ ਮੈਦਾਨ ਦੇ ਵਿੱਚ ਹੈ, ਨਾਲ ਹੀ ਟੋਡਰਮਲ ਤੇ ਕਾਹਲੀ ਸਾਰੀ ਦੀਆਂ ਟੀਮਾਂ ਦਾ ਚੱਲ ਵੀ ਰਾਜੇ ਪਾਸ ਰੇਡ ਨੌਜਵਾਨ ਛੋਟਾ ਰਾਜਾ ਭੰਡਾਲ ਦੋਨੇ ਵਾਲ ਫਿਰ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ। ਚੱਲ ਵੀ ਸੋਢੀ ਇਧਰੇ ਪਾਸੇ ਕਰੂ ਕਮਾਲ ਅੱਗੇ ਵਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ, ਇਸਦੇ ਵੀ ਖੁੱਚ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵਿੱਚ ਢਾਕ ਮਿੱਤਰ ਦਾ ਮਿਹਨਤ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰ ਅੰਗ ਦੀ ਕਬੱਡੀ ਰਾਏਮਲ ਮਾਜਰੀ ਦੇ ਹਨੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ, ਔਰ ਗੁਰੂ ਵੀਰ ਹਿੰਦਾ ਜੀ ਉਹਨਾਂ ਦੇ ਫਾਦਰ ਇਨ ਲਾ ਸਾਹਿਬ ਗੁਲਜ਼ਾਰ ਸਿੰਘ ਜੀ ਇਸ ਸਮੇਂ ਲਾਇਵ ਇਹਨਾਂ ਮੈਚਾਂ ਦਾ ਆਨੰਦ ਮਾਣਿਆ ਜਾ ਰਿਹਾ। ਰਾਏਮਲ ਮਾਜਰੀ ਜਿਹਨਾਂ ਦਾ ਪਿੰਡ ਜ਼ਿਲ੍ਹਾ ਪਟਿਆਲਾ, ਸੋਨੀ ਟਿਵਾਣਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦੇ ਸੰਗੋਜ ਲਈ ਜੀਤੇ ਦੇ ਦੇਖਿਆ ਮੈਂ ਫਰਾਂਸ ਦੇ ਵਿੱਚ, ਔਰ ਸਾਡੇ ਚਰਨਜੀਤ ਸਿੰਘ ਜੀ ਚੰਨਾ ਜੀ ਜਿਹਨਾਂ ਨੂੰ ਜਸਲੀਰ ਚੰਨਾ ਦੇ ਨਾਮ ਦੇ ਨਾਲ ਫਰਾਂਸ ਦੇ ਵਿੱਚ ਜਾਣਿਆ ਜਾਂਦਾ ਖੇਡ ਕਬੱਡੀ ਦੇ ਵੱਡੇ ਪ੍ਰਮੋਟਰਾਂ ਦੇ ਤੌਰ ਤੇ, ਜਗਤਾਰ ਬਿੱਟੂ ਜੀ ਉਹਨਾਂ ਦਾ ਨਾਮ, ਬਾਜ ਸਿੰਘ ਜੀ ਵਿਰਕ ਉਹਨਾਂ ਦਾ ਨਾਮ, ਰਘਵੀਰ ਸਿੰਘ ਜੀ ਕੁਹਾਰ ਸਾਹਿਬ ਉਹਨਾਂ ਦਾ ਨਾਮ ਹੈ, ਸਾਹ ਚਰਨ ਸਿੰਘ ਜੀ ਸੈਫਲਾਬਾਦੀਏ ਦੇ ਪੁੱਤਰ ਜਿੰਦਰ ਵਿਰਕ ਉਹਨਾਂ ਦਾ ਨਾਮ ਜੋ ਹੈ, ਉਸੇ ਨਾਲ ਹੀ ਰਾਮ ਸਿੰਘ ਜੀ ਵਿਰਕ ਉਹਨਾਂ ਦਾ, ਪਲਵਿੰਦਰ ਸਿੰਘ ਜੀ ਸੰਧੂ ਪੱਕੂਵਾਲ, ਸਾਰੇ ਮਾਨਯੋਗ ਸਤਿਕਾਰਯੋਗ ਵੀਰ, ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਅਗਸਤ ਮਹੀਨੇ ਦੇ ਵਿੱਚ ਹਰ ਸਾਲ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਹੈ ਉਹ ਵੱਡਾ ਖੇਡ ਮੇਲਾ ਬਬੀਨੀ ਦੀਆਂ ਗਰਾਊਂਡਾਂ ਬਹੁਤ ਧੰਨਵਾਦ। ਜੁਲੀ ਮਲਪੁਰੀਆਂ ਵਾਲਾ ਖੇਡਦਾ ਭੰਡਾਲ ਦੇ ਮੁੰਡੇ ਦਾ ਸਰੀਰ ਉਡੂ ਉਡੂ ਕਰਦਾ ਹੋਇਆ ਹੁੰਦੀ ਸਹੀ ਬੱਲੇ ਬੱਲੇ, ਔਰ ਨੇਰੀ ਸਾਂ ਇਧਰ ਪਾਸੇ ਦੇਖਦਾ ਵੀ ਕਮਾਲ, ਤੇ ਹੂਟਰ ਵੱਜੇਗਾ ਮੰਗਲ ਸਿੰਘ ਨਡਾਰੀ ਵਾਲੇ ਦਾ ਵੀ ਹੰਦਿਆਂ ਦੇ ਲਾਗੇ ਉਹ ਛੱਡ ਵੀ ਨੌਜਵਾਨ ਹੈ। ਇਧਰ ਪਾਸੇ ਜੁਲੀ ਇਹ ਬਲਪੁਰੀਆਂ ਵਾਲੇ ਬਾਬੇ ਮੱਗੇ ਦਾ ਭਤੀਜਾ ਹੈ ਨੌਜਵਾਨ, ਬਹੁਤ ਵਧੀਆ ਪ੍ਰਦਰਸ਼ਨ ਇਹਨਾਂ ਖੇਡ ਮੈਦਾਨਾਂ ਦੇ ਅੰਦਰ। ਜੁਲੀ ਭੰਡਾਲ ਦੋਲਾ ਦੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੋਇਆ, ਇੱਕ ਪਾਸੇ ਪਰਮਜੀਤਪੁਰ ਦੂਸਰੇ ਪਾਸੇ ਭੰਡਾਲ ਦੋਨਾਂ ਦੀਆਂ ਟੀਮਾਂ ਦੇ ਦਰਮਿਆਨੇ ਮੁਕਾਬਲਾ,
ਪੰਜਾਬ ਸਟੂਡੀਓ ਸੁਰਖਪੁਰ ਵਾਲੇ ਕਵਰੇਜ ਕਰਦੇ ਹੋਏ ਇਸ ਖੇਡ ਮੇਲੇ ਦੀ। ਮਾਨ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਸੁਰਖਪੁਰ, ਮੰਗੀ ਵਰਗੇ, ਗਾਂਧੀ ਵਰਗੇ, ਦੁੱਲੇ ਵਰਗੇ, ਸੰਜੀਵ ਪੰਡਿਤ ਵਰਗੇ, ਸੁਰਖਪੁਰ ਦੇ ਕੀਪੇ ਵਰਗੇ, ਟੀਟੂ ਵਰਗੇ ਨੌਜਵਾਨ ਜੋ ਹੈ ਉਹ ਪੈਦਾ ਕੀਤੇ, ਪਿੰਦੂ ਵਰਗੇ ਕਬੱਡੀ ਦੇ ਖਿਡਾਰੀ ਲਾਓ ਪਹਿਲੀ ਫਿਰ ਰੇਡ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਸਰਦਿਆ ਸਿੰਘ ਜੀ ਪੱਡਾ ਸਾਹਿਬ ਉਹਨਾਂ ਦਾ ਧੰਨਵਾਦ ਵੱਡਾ ਮਾਨ ਸਨਮਾਨ ਭੇਜਦੇ, ਜਿਹਨਾਂ ਦਾ ਬੇਟਾ ਗੁਰਮੇਲ ਸਿੰਘ ਦੇ ਵਿੱਚ ਰਹਿੰਦਾ, ਉਹਦੇ ਸਾਰੇ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਗੁਰਮੇਲ ਸਿੰਘ ਜੀ ਉਹਨਾਂ ਦਾ, ਸਰਦਿਆ ਸਿੰਘ ਜੀ ਪੱਡਾ ਜੀ ਦੇ ਬੇਟੇ। ਨਾ ਇੱਧਰ ਮੈਦਾਨ ਦੇ ਵਿੱਚ ਵੱਜ ਗਈ ਕੈਂਚੀ, ਹੰਢੇ ਦੂਰ ਸਮਾਂ ਬੀਤਦਾ ਹੋਇਆ ਤੇ ਗੱਲ ਮੈਨੂੰ ਲੱਗਦਾ ਵੀ ਹੁਣ ਮੁਸ਼ਕਿਲ ਬਣਦੀ ਹੋਈ ਤੇ ਪੁਆਇੰਟ ਪਰਮਜੀਤਪੁਰ ਦੀ ਟੀਮ ਬਹੁਤ ਵਧੀਆ ਹੋਇਆ। ਚੱਲ ਵੀ ਬਹਾਦਰ ਸਿੰਘ, ਬਹਾਦਰੀ ਇਸ ਮੈਦਾਨ ਦੇ ਅੰਦਰ, ਬਹਾਦਰ ਦੀ ਪਈ ਹੋਈ ਕਬੱਡੀ ਦੇ ਦੇਖਣ ਦੀ ਇਧਰ ਪਾਸੇ ਗੱਲ ਕੀ ਬਣਦੀ, ਅੱਗੇ ਵੱਧ ਕੇ ਨੌਜਵਾਨ ਨਹੀਂ ਸੰਦਾ ਕੀ ਪੁੱਠੀ, ਰੱਬ ਕਿਸੇ ਨਾ ਪਾਵੇ ਜਦੋਂ ਪਹਿਲੇ ਕਬੱਡੀ ਦੇ ਪੁੱਠੀ ਦੀ ਗੱਲ ਵੱਕਰੀ। ਬਹੁਤ ਵਧੀਆ ਪੁਆਇੰਟ ਪੰਡਾਲ ਉਹਨਾਂ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ ਅੰਕ। ਪੰਡਾਲ ਦੋਨਾਂ ਸਾਢੇ ਦਸ ਨੰਬਰ ਰਹੇ ਨੇ ਤੇ ਨੰਬਰ ਰਹੇ ਨੇ ਪਰਮਜੀਤਪੁਰ ਦੇ, ਪੰਡਾਲ ਦੋਨਾਂ ਦੀ ਟੀਮ ਜੋ ਹੈ ਉਹ ਰੇਤੂ ਰੇਸ ਮੈਚ ਦੇ ਵਿੱਚ। ਸਾਡੇ ਬਹੁਤੀ ਮਾਣਯੋਗ ਸਤਿਕਾਰਯੋਗ ਵੀਰ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਦਾ। ਸਾ ਗੁਲਜ਼ਾਰ ਸਿੰਘ ਜੀ ਟਿਵਾਣਾ ਫਰਾਂਸ, ਸੋਨੀ ਟਿਵਾਣਾ ਤੇ ਜੀਤਾ ਸਿੰਘ ਜਿਹੜਾ ਵੀ ਫਰਾਂਸ ਦੇ ਨਾਲ, ਸੁਖਦੇਵ ਸਿੰਘ ਜੀ ਬੈਲਜੀਅਮ, ਸਰਬਜੀਤ ਸਿੰਘ ਜੀ ਬੱਬੂ ਯੂਕੇ, ਹਰਜਿੰਦਰ ਸਿੰਘ ਫਰਾਂਸ, ਸੁਖਜਿੰਦਰ ਸਿੰਘ ਯੂਕੇ ਔਰ ਗੁਰਜਿੰਦਰ ਸਿੰਘ ਬਿੱਟੂ ਯੂਕੇ, ਸੁਖਵੰਤ ਸਿੰਘ ਜੀ ਪੰਡਾ ਜਰਮਨੀ, ਹਰਵਿੰਦਰ ਸਿੰਘ ਜੀ ਸਵੀਡਨ ਤੇ ਮਿੰਟੂ ਸਵੀਡਨ। ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਮਾਣਯੋਗ ਸਤਿਕਾਰਯੋਗ ਵੀਰਾਂ ਨੂੰ। ਸ਼ਾਨਦਾਰ ਮੈਚ ਸ਼ੁਰੂ ਹੋਣ ਜਾ ਰਿਹਾ, ਧਾਲੀਵਾਲ ਵੀਰ ਵਰਸਿਸ ਡੋਲਰ ਲੰਗਲ ਆ। ਇਸ ਮੈਚ ਤੋਂ ਬਾਅਦ ਟੁੰਡਰਮੱਲ ਜ਼ਿਲ੍ਹਾ ਗੁਰਦਾਸਪੁਰ ਵਰਸਿਸ ਕਾਰੀ ਸਾਰੀ, ਉਸ ਤੋਂ ਬਾਅਦ ਮੱਲੀਆ ਵਰਸਿਸ ਭਲਾਣਾ ਟੀਮਾਂ ਤਿਆਰੀ ਕਰ ਲੈਣਾ ਮਿਹਰਬਾਨੀ ਹੋਵੇਗੀ। ਸਾਡੇ ਵਿਚਕਾਰ ਮਦਨ ਗੋਪਾਲ ਗੋਪਾਲਵਾ ਜੀ ਮਹਾਨ ਪਹੁੰਚੇ ਨੇ, ਹਰਵਿੰਦਰ ਸਿੰਘ ਜੀ ਸਵੀਡਨ ਵੱਲੋਂ ਇਸ ਟੂਰਨਾਮੈਂਟ ਦੀਆਂ ਸ਼ੁਭ ਸ਼ਾਮਾਂ ਵਧਾਈਆਂ ਨੇ ਸਾਰੇ ਪ੍ਰਬੰਧਕਾਂ ਦੇ ਵਾਸਤੇ ਤੇ ਨਗਰ ਨਿਵਾਸੀਆਂ ਦੇ ਵਾਸਤੇ ਸ਼ੁਭ ਸ਼ਾਮਾਂ ਨੇ। ਬਹੁਤ ਸਾਰੇ ਸਟਾਰ ਦੇ ਸੁਭਰ ਖਿਡਾਰੀ ਆਪੋ ਆਪਣੀ ਖੇਡ ਦਾ ਪ੍ਰਦਰਸ਼ਨ ਇਸ ਮੈਦਾਨ ਦੇ ਅੰਦਰ ਕਰਦੇ ਨੇ। ਇਸ ਸਾਲ ਕੈਨੇਡਾ ਦੇ ਖੇਡ ਸੀਜ਼ਨ ਦੇ ਵਿੱਚ ਇੱਕ ਖਿਡਾਰੀ ਨੇ ਬੜੀ ਬਹਿਰਾ ਵਹਿਰਾ ਕਰਾਈ, ਲੋਕ ਬੁੱਲਾਂ ਦੇ ਉੱਪਰ ਚਰਚਾ ਹੋਈ। ਉਹ ਖਿਡਾਰੀ ਇਸ ਸਮੇਂ ਮੈਦਾਨ ਦੇ ਵਿੱਚ ਹੈ, ਮੱਖਣ ਧਾਲੀਵਾਲ ਬੜੇ ਮਾਣ ਨਾਲ ਕਹਿੰਦਾ ਵੀ ਸਾਡੇ ਪਿੰਡ ਦਾ ਤੋਹਫਾ ਹੈ, ਲੈ ਬਾਨਿਆ ਫਤਿਹ ਸਾਂਝੀ ਕਰਦੇ ਤੇਰੇ ਵਾਸਤੇ ਤਾੜੀਆਂ ਮਾਰਦੇ ਧਾਲੀਵਾਲ ਦੇ ਲਈ।
ਬੇਮਾਨ ਕਬੱਡੀ ਦਾ ਖਿਡਾਰੀ ਹੈ। ਬਾਨੇ ਦੀ ਸਿਫਤ ਵਿਰੋਧੀਆਂ ਨੇ ਵੀ ਕੀਤੀ ਇਸ ਸਾਲ, ਜਿਹੜੇ ਆਪੋਜੀਸ਼ਨ ਟੀਮਾਂ ਮਿਲੇ ਸਨ ਉਹਨਾਂ ਨੇ ਵੀ ਬਾਨੇ ਦੀ ਤਾਰੀਫ ਕੀਤੀ ਹੈ ਵੀ ਬਾਨਾ ਵਾਕਿਆ ਤਕੜਾ ਖੇਡਿਆ। ਲਓ ਆਹ ਹੈ ਨੌਜਵਾਨ ਮਾਨਕ ਜੋ ਮੱਖਣ ਧਾਲੀਵਾਲ ਨੂੰ ਆਪਣਾ ਉਸਤਾਦ ਮੰਨਦਾ, ਹੁਣ ਲੱਕੜਨ ਦੀ ਕਰੂ ਕੋਸ਼ਿਸ਼। ਮਾਨ ਕਬੱਡੀ ਖਿਡਾਰੀ ਪਾਲੂ ਦਾ ਭਤੀਜਾ ਹੈ। ਜਦੋਂ ਭਾਜੀ ਖੀਰਾ ਵਾਲੀ ਦੇ ਇੰਟਰਵਿਊ ਹੋਈ ਵੀ ਤੂੰ ਸਾਥੀ ਖਿਡਾਰੀ ਕਿਹਨੂੰ ਮੰਨਦਾ, ਕਹਿੰਦਾ ਮੈਂ ਪਾਲੂ ਧਾਲੀਵਾਲ ਨੂੰ, ਇੱਕ ਮਹਿੰਦਰ ਢੁੱਡੀਆਂ ਵਾਲ ਨੂੰ ਆਪਣਾ ਸਾਥੀ ਖਿਡਾਰੀ ਮੰਨਦਾ। ਪਹਿਲਾਂ ਮੇਰਾ ਬਾਅਦ ਵਿੱਚ ਲਿਖਿਓ ਲਿਖਾਰੀ ਨੂੰ ਦੱਸਿਆ ਗਿਆ ਆਹ ਹੈ ਬਲਵਾਨ, ਇਧਰ ਬਾਨਾ ਖੇਡ ਕਬੱਡੀ ਦਾ, ਇਹ ਤੋਹਫੇ ਦੇ ਤੌਰ ਤੇ ਜਾਣਿਆ ਜਾਂਦਾ। ਇਸ ਸਮੇਂ ਪਈ ਹੋਈ ਕਬੱਡੀ ਦੇ ਦੇਖਦੇ ਕੌਣ ਜਫਾ ਲੱਗਦਾ ਖੇਡ ਕਬੱਡੀ ਦਾ। ਜਦੋਂ ਲੀਗ ਦੇ ਵਿੱਚ ਖੇਡਿਆ ਬੜੀ ਚਰਚਾ ਹੋਈ ਇਸ ਨੌਜਵਾਨ ਦੀ ਖੇਡ ਦੀ, ਰੱਜ ਕੇ ਸੁਨੱਖਾ ਜਿਹਾ ਖਿਡਾਰੀ, ਨਾ ਸੁਨੱਖੀ ਦੇ ਖੇਡ ਦਾ ਪ੍ਰਦਰਸ਼ਨ, ਦਿਲ ਦੇ ਉੱਪਰ ਬੱਬਰ ਸ਼ੇਰ ਘੂਰੀਆਂ ਵੜਦਾ ਸ਼ੌਕ ਨੇ ਨੌਜਵਾਨਾਂ ਦੇ। ਸ਼ੁਭ ਸ਼ਾਮਾਂ ਨੇ ਹਜੇ ਟੂਰਨਾਮੈਂਟ। ਲਓ ਇੱਧਰ ਅਗਲੀ ਕਬੱਡੀ ਦੌਲੋ ਨੰਗਲ ਬਿਆਸ ਦੇ ਲਾਗੇ ਪਿੰਡ ਹੈ ਜਿੱਥੋਂ ਦਾ ਖੇਡ ਮੇਲਾ ਬੜਾ ਮਸ਼ਹੂਰ ਹੈ, ਜਿੱਥੋਂ ਦੇ ਅਮਰਜੀਤ ਸਿੰਘ ਹੁਣੀ ਮੇਰੇ ਦੋਸਤ ਨੇ। ਲਓ ਇੱਧਰ ਮੈਦਾਨ ਦੇ ਵਿੱਚ ਗੀਤੂ ਬਹੁਤ ਵਧੀਆ ਪ੍ਰਦਰਸ਼ਨ, ਚੱਲ ਵੀ ਗੁਰਿੰਦਰ ਸਿੰਘ। ਜਦ ਆਹ ਖਿਡਾਰੀ ਪਿਛਲੇ ਸਾਲ ਹਰਖੋਲ ਦੇ ਕੱਪ ਦੇ ਵਿੱਚ ਖੇਡਿਆ, ਗੁਰਜੀਤ ਸਿੰਘ ਪੁਰੇਵਾਲ ਨੇ ਆਖਿਆ ਵੀ ਆਹ ਮੇਰਾ ਫੇਵਰੇਟ ਬਣ ਗਿਆ ਅੱਜ ਤੋਂ, ਇਹਦਾ ਸਰੀਰ ਬਹੁਤ ਵਧੀਆ। ਗੁਰਿੰਦਰ ਧਾਲੀਵਾਲ ਖੇਡਿਆ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਵਾਜਾ ਵਾਜਾ ਕਰਵਾ ਕੇ ਆਇਆ ਗੁਰਿੰਦਰ ਸਿੰਘ। ਇਸ ਸਮੇਂ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਧਾਲੀਵਾਲ, ਬੇਟ ਵਾਲਾ, ਕਦੀ ਫਰਿਜ਼ਨੋ ਦੇ ਵਿੱਚ, ਕਦੀ ਸਿਆਟਲ ਦੇ ਵਿੱਚ, ਕਦੀ ਫਿਲਾਡੈਲਫੀਆ ਦੇ ਵਿੱਚ, ਕਦੀ ਮਿਲੂ ਉਹਨਾਂ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਵੀ ਵਾਜਾ ਵਜਾ ਇਹਨਾਂ ਨੌਜਵਾਨਾਂ ਦੀ। ਜਤਿੰਦਰ ਪੱਡਾ ਕਬੱਡੀ ਖਿਡਾਰੀ ਜਾ ਵਸਿਆ ਫਰਾਂਸ ਦੇ ਵਿੱਚ, ਕਹਿੰਦਾ ਵੀ ਬਾਨਾ ਧਾਲੀਵਾਲ ਮੇਰਾ ਦੋਸਤ ਹੈ, ਬਾਨੇ ਲਈ 100 ਰੁਪਈਆ ਭੇਜ ਦੇ। ਜਤਿੰਦਰ ਸਿੰਘ ਪੱਡਾ ਆ ਫੜ ਵੀ ਪੰਡਿਤ ਮਦਨ ਗੋਪਾਲ ਜੀ ਬੋਪਾਰਾਮ, ਮੇਰੇ ਸਤਿਕਾਰਯੋਗ ਵੀਰ, ਮੀਰੀ ਪੀਰੀ ਕਬੱਡੀ ਕਲੱਬ ਅਮਰੀਕਾ ਦੇ ਜੋ ਕੋਚ ਨੇ। ਹਾਂਜੀ ਮੈਂ ਬੇਨਤੀ ਕਰਾਂ, ਸਾਡੀ ਜਿਹੜੀ ਸੀਟਾਂ ਵਾਲੀ ਗੱਡੀ ਹੈ ਰਸਤੇ ਵਿੱਚ ਖੜੀ ਹੈ, ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਪੁਲਿਸ ਗੱਡੀ ਨੂੰ ਅੱਗੇ ਆ ਲੈਣ, ਮਿਹਰਬਾਨੀ ਹੋਵੇਗੀ। ਪੁਲਿਸ ਮੁਲਾਜ਼ਮਾਂ ਨੇ ਗੱਡੀ ਰੋਕੀ ਹੋਈ ਹੈ ਜਿਹਦੇ ਵਿੱਚ ਟਰਾਫੀਆਂ ਨੇ, ਇਸ ਕਰਕੇ ਬੇਨਤੀ ਹੈ ਮੁਲਾਜ਼ਮਾਂ ਨੂੰ ਕਿ ਪੁਲਿਸ ਗੱਡੀ ਨੂੰ ਅੱਗੇ ਆਉਣ ਹੋਵੇਗੀ। ਸਾਦੀ ਪੰਡਿਤ ਕਾਲਾ USA ਕਾਲਾ ਸਾਡੇ ਵੀਰ USA ਤੋਂ ਆਇਆ, ਧੰਨਵਾਦ GA ਨੂੰ ਆਖਦੇ ਆ। ਬਾਨਾ ਕਹਿੰਦੇ ਜਿੰਨੇ ਨੰਬਰ ਲਵੇਗਾ ਉਹਨੇ 500 ਦਿੱਤੇ ਜਾਣਗੇ। ਸੋ ਕਾਲਾ USA ਧੰਨਵਾਦ। ਲਓ ਵੀਰ ਜੀ ਪਿੱਛੇ ਦੇਖੋ ਇਧਰੇ ਪਾਸੇ, ਬਾਨੇ ਧਾਲੀਵਾਲੀ ਉਹਨੇ 500 ਦਿੱਤੇ, ਥੋੜਾ ਪਿੱਛੇ ਹਟ ਜੀ ਇਧਰ ਪਾਸੇ। ਸੋ ਸਾਬੀ ਪੰਡਿਤ ਜੀ ਉਹਨਾਂ ਦਾ ਵੀ ਧੰਨਵਾਦ। ਇੱਧਰ ਕਾਲਾ ਅਮਰੀਕਾ ਤੋਂ ਆਇਆ ਸਾਡੇ ਬਿਜ਼ਨਸਮੈਨ ਨੇ, ਕਿਰਪਾ ਹੈ, ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ। ਕਹਿੰਦੇ ਬਾਨੇ ਦੇ ਹਰ ਨੰਬਰ ਲਈ 500 ਦਿੱਤਾ ਜਾਵੇਗਾ। ਲਓ ਇੱਧਰ ਖੇਡ ਕਬੱਡੀ ਵੱਲੇ ਵੱਲੇ ਹੁੰਦੀ ਹੋਈ ਦੇਖ ਰਹੇ ਵੀ, ਕਦੇ ਸੱਜੇ ਕਦੇ ਖੱਬੇ ਮਾਣਕ, ਕਿ ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ। ਬੱਬਲ ਦੀ ਕਬੱਡੀ ਪੈਂਦੀ ਹੋਈ, ਬੱਬਲ ਦੀ ਕਬੱਡੀ। ਇੱਧਰ ਪੰਜਾਬ ਸਟੂਡੀਓ ਸੁਰਖਪੁਰ ਵਾਲਿਆਂ ਦੇ ਕੈਮਰੇ ਫੋਕਸ ਨੇ। ਬੱਬਲ ਧਾਲੀਵਾਲ ਬੇੜਦਾ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ, ਕੌਣ ਦੇਖਦੇ ਵੀ ਨਿਕਲਣ ਦੀ ਕਰੂ ਕੋਸ਼ਿਸ਼। ਲਓ ਹੋ ਗਈ ਬੱਲੇ ਬੱਲੇ ਅੰਗਲੀਆ ਨੌਜਵਾਨ, ਬਾਅਦ ਹੀ ਵਧੀਆ ਦੇ ਫੜਨ ਦੀ ਕੋਸ਼ਿਸ਼ ਕਰਦਾ ਹੋਇਆ ਪਈ ਹੋਈ ਬੱਬਲ ਦੀ ਰੇਡ ਹੁੰਦੀ ਹੋਈ ਬੱਲੇ ਬੱਲੇ ਫੜਦਾ ਪਿੱਛੇ ਤੇ ਪੁਆਇੰਟ ਬੱਬਲ। ਚੱਲ ਵੀ ਜੱਸੀ ਨੌਜਵਾਨ, ਜੱਸੀ ਦੌਲੇ ਨੰਗਲੀਆ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਫਿਰ ਮੈਦਾਨ ਦੇ ਵਿੱਚ ਪਈ ਹੋਈ ਰੇਡ ਜੱਸੀ ਦੀ, ਜੱਗੂ ਧਾਲੀਵਾਲ ਦਾ। ਇਧਰ ਪਾਸੇ ਅੱਗੇ ਵੱਧ ਕੇ ਨਹਿਰੀ ਸੈਂ ਹੁੰਦਾ ਕਮਾਲ, ਲੰਬੀ ਭਾਜ ਹੋ ਗਈ ਬੱਲੇ ਬੱਲੇ ਹਰਜੋ ਪਾਸੇ, ਹੁਣ ਮੁੰਡਾ ਹਵਾ ਹਵਾਈ ਨਹਿਰੀ ਸੈਂ ਆ ਨੰਬਰ ਦਾ ਧਾੜੀ ਕਮਾਲ ਜੱਸੀ ਨਹਿਰੀ ਸੈਂ। ਲਓ ਕਬੱਡੀ 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 ਵਾਹ ਨੌਜਵਾਨ।
ਜੱਸੀ ਬਹੁਤ ਵਧੀਆ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ। ਲਓ ਨੰਗੇ ਪਿੰਡੇ ਦੀ ਜਵਾਨੀ ਚਮਕਦੀ ਜਿਵੇਂ ਚਮਕਦਾ ਸੋਨਾ ਸੁਨਿਆਰਦਾ ਹੈ, ਖੇਡ ਕੇ ਜ਼ੋਰ ਦਿਖਾਵਣੇ ਲਈ ਜੋਸ਼ ਮੁੰਡਿਆਂ ਚ ਠਾਠਾ ਹੁਣ ਪੈਂਦੇ ਗੱਟਨੇ ਸੋਹਣੇ ਛਲੀਆਂ ਸ਼ਿੰਗਾਰ ਪੱਟਾਂ ਦੇ ਉਭਾਰਦਾ ਹੈ। ਅੱਗੇ ਵੱਧ ਕੇ ਵਰਿੰਦਰ ਸਿੰਘ ਮੈਦਾਨ ਦੇ ਵਿੱਚ ਜਿਵੇਂ ਲੱਖਣ ਕੇ ਪੱਟਿਆਂ ਦੇ ਸੁੱਖੀ ਦੇ ਸਰੀਰ ਦੀ ਗੱਲ ਹੋਈ, ਜਿਵੇਂ ਪੰਡਾਲੇ ਨੇ ਮੇਰੇ ਸੁੱਖੇ ਦੀ, ਜਿਵੇਂ ਜਲਾਲਪੁਰੀ ਇਹ ਪਾਲੇ ਦੀ, ਮੀਆਂ ਮਿੱਟੀਏ ਕਾਲੇ ਦੀ, ਹਠੂਰ ਦੇ ਏਕਮ ਦੀ, ਨਾ ਸੁੰਦਰ ਜਿਹਾ ਸਰੀਰ ਸੁੰਦਰ ਦੀ ਖੇਡ ਹੈ ਮੈਦਾਨ ਦੇ ਵਿੱਚ ਪ੍ਰਦਰਸ਼ਨ। ਲਓ ਅਗਲੀ ਕਬੱਡੀ ਦੌਲੇ ਨੰਗੋ ਵੱਲੋਂ ਫਿਰ ਪੈਂਦੀ ਸੀ ਮੈਦਾਨ। ਅਗਲੇ ਮੈਚ ਵਾਲੀਆਂ ਟੀਮਾਂ ਟੋਡਰਮਲ ਤੇ ਕਾਰੀਸਾ ਦੀ ਨਾਲ ਹੀ ਭੁਲਾਣਾ ਤੇ ਮੱਲੀਆਂ। ਬਾਨੇ ਦੇ ਵਾਸਤੇ ਪਰਵਿੰਦਰ ਸਿੰਘ ਗਾਂਧੀ ਜੀ, ਵੱਡਾ ਮਾਨ ਸਨਮਾਨ ਭੇਜੋ। ਇਸ ਨੰਬਰ ਤੋਂ ਬਾਅਦ ਗੱਲ ਕਰਾਂਗੇ ਪਰਵਿੰਦਰ ਗਾਂਧੀ ਜੀ, ਉਹਨਾਂ ਦੀ ਕਾਲਾ ਯੂਐਸਏ ਸਾਹਿਬ ਪੰਡਿਤ ਜੀ ਉਹਨਾਂ ਦੇ ਦੋਸਤ। ਲਓ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ, ਇਹ ਹੈ ਬਲਵਾਨ ਸਿੰਘ ਮੈਦਾਨ ਦੇ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ, ਹੁੰਦਾ ਹੋਇਆ ਕਮਾਲ ਨੈਰੀਸਾ। ਹੁਣ ਦੇਖਦੇ ਨੀ ਸਿੱਧਾ ਨੌਜਵਾਨ ਲੱਤੀ ਲੱਗੇ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ, ਇਧਰ ਪਾਸੇ ਕਮਾਲ ਹੁੰਦਾ ਹੋਇਆ ਆ ਵੀ ਬਲਵਾਨ ਸਿੰਘ। ਪਰਵਿੰਦਰ ਗਾਂਧੀ 3000 ਰੁਪਈਆ ਤੇਰੀ ਖੇਡ ਤੋਂ ਮਾਨ ਸਨਮਾਨ ਭੇਜੋ, 3000 ਰੁਪਈਆ ਬਾਨੇ ਦੇ ਵਾਸਤੇ ਪਰਵਿੰਦਰ ਸਿੰਘ ਜੀ ਗਾਂਧੀ ਤੇ ਕਾਲਾ ਯੂਐਸਏ। ਲਖਵਿੰਦਰ ਸਿੰਘ ਜੀ ਜਤਿੰਦਰ ਫਰਾਂਸ ਤੋਂ ਬਾਨੇ ਦੇ ਵਾਸਤੇ 100 ਰੁਪਏ ਦਾ ਮਾਨ ਸਨਮਾਨ ਭੇਜੋ, ਵੱਡਾ ਮਾਨ ਸਨਮਾਨ। ਲਓ ਇਹ ਮੈਦਾਨ ਦੇ ਵਿੱਚ ਪਈ ਹੋਈ ਅਗਲੀ ਕਬੱਡੀ, ਵਾਹ ਨਹੀਂ ਇਹਨੂੰ ਗੋਲ ਕਹਿੰਦੇ ਦੌਲੋ ਨੰਗਲੀ ਆ। ਲਓ ਅਸਮਾਨ ਗੋਲ ਹੈ, ਸੂਰਜ ਗੋਲ ਹੈ, ਧਰਤੀ ਗੋਲ ਹੈ, ਗਰਾਊਂਡ ਗੋਲ ਹੈ, ਪਰ ਗੋਲ ਨਾਮ ਦਾ ਕਬੱਡੀ ਦਾ ਖਿਡਾਰੀ ਇੱਧਰ ਇਸ਼ਾਰਾ ਕਰਦਾ ਹੋਇਆ ਵੀ ਨੰਬਰ ਤਾਂ ਮੇਰਾ ਹੈ। ਬਹੁਤ ਵਧੀਆ ਪੁਆਇੰਟ। ਬੱਬਲ ਬੱਬਲ ਦੀ ਕਬੱਡੀ ਪੈਂਦੀ ਹੋਈ, ਪੱਪੂ ਜੀ ਉਹਨਾਂ ਦਾ ਧੰਨਵਾਦ ਉਹਦੇ ਪਾਸੇ ਪ੍ਰਬੰਧ ਕੀਤਾ ਇੱਧਰ ਮੈਦਾਨ ਦੇ ਵਿੱਚ। ਅਗਲਾ ਮੈਚ ਹੈ ਟੋਡਰਮਲ ਤੇ ਕਾਰੀਸਰੀ, ਭਲਾਣਾ ਤੇ ਮੱਲੀਆਂ ਦੀਆਂ ਟੀਮਾਂ ਆ ਜਾਓ ਜਲਦੀ ਤੋਂ ਜਲਦੀ ਗਰਾਊਂਡ ਦੇ, ਭਲਾਣਾ ਤੇ ਮੱਲੀਆਂ ਨੈਕਸਟ ਮੈਚ ਦੇ ਵਾਸਤੇ ਟੀਮਾਂ ਗਰਾਊਂਡ ਦੇ ਲਾਗੇ ਪੁੱਜਣ ਅਗਲਾ ਮੁਕਾਬਲਾ ਖੇਡਣ ਦੇ ਲਈ। ਤੇਜਿੰਦਰ ਕਾਲਕੜ, ਪਾਲ ਸਿੰਘ ਜੀ ਪੰਡੋਰੀ ਫੰਗੂੜਾ, ਸਾਡੇ ਆਫੀਸ਼ੀਅਲ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਜੋ ਬਹੁਤ ਹੀ ਜੀਵੰਤਬੱਧ ਤਰੀਕੇ ਦੇ ਨਾਲ, ਯੋਜਨਾਬੱਧ ਤਰੀਕੇ ਦੇ ਨਾਲ ਇਹਨਾਂ ਮੈਚਾਂ ਨੂੰ ਮਾਨ ਸਨਮਾਨ ਦਿੰਦੇ ਹੋਏ। ਇਧਰ ਪਾਸੇ ਜੱਗੂ, ਜੱਗੂ ਧਾਲੀਵਾਲ ਦਾ ਨਾ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ, ਹੁਣ ਦੇਖਦਾ ਵੀ ਗੱਲ ਮੁਸ਼ਕਿਲ ਬਣਦੀ, ਕੀ ਗੱਲ ਬਣ ਗਈ, ਕੋਈ ਗੱਲ ਨਾ ਸਮਝ ਵਿੱਚ ਆਵੇ, ਤੱਕੜੇ ਨੂੰ ਬੜਾ ਪੈ ਗਿਆ ਤੇ ਤੰਗ ਨਾ ਲਪੇਟਿਆ ਜਾਵੇ। ਹਰਜੀਤ ਕਪੂਰ ਜੀ ਤੇ ਅਰਮੋਲ ਕਪੂਰ ਜੀ ਨੂੰ ਬੇਨਤੀ, ਆਪਣਾ ਮਾਨ ਸਮਾਂ ਲੈ ਲੈਣ। ਅੱਜ ਇੱਕ ਵੱਡੀ ਟੂਰਨਾਮੈਂਟ ਜਿਨ੍ਹਾਂ ਦੀ ਬਹੁਤ ਵੱਡੀ ਦਿਨ ਰਹੀ ਹੈ, ਸਾਡੇ ਕਪੂਰ ਸਾਹਿਬ ਆਪਣਾ ਮਾਨ ਸਨਮਾਨ ਪ੍ਰਾਪਤ ਕਰਦੇ ਹੋਏ ਟੀਮਾਂ ਨੂੰ ਬੇਨਤੀ ਹੈ। ਟੋਡਰਮਲ ਗੁਰਦਾਸਪੁਰ ਤੇ ਕਾਫੀ ਸਾਰੇ ਮੱਲੀਆਂ ਦੇ ਭੁਲਾਣਾ ਅਗਲਾ ਮੈਚ, ਟੋਡਰਮਲ ਤੇ ਕਾਫੀ ਸਾਰੀ ਮੱਲੀਆਂ ਭੁਲਾਣਾ ਅਗਲਾ ਮੈਚ ਖੇਡਿਆ ਜਾਵੇਗਾ। ਆਓ ਮੇਰੀ ਸਹਿ ਗੁਰਿੰਦਰ ਸਿੰਘ ਧਾਲੀਵਾਲ ਇੱਕ ਹੋਰ ਅੰਮ੍ਰਿਤ ਦਾ ਵਾਧਾ ਕਰਦਾ ਹੋਇਆ, ਇਹਦੇ ਨਾਲ ਹੀ ਜਿੱਤਾ ਹਾਰਾਂ ਦੇ ਫੈਸਲੇ ਮੈਚ ਦੀ ਸਮਾਪਤੀ ਹੁੰਦੀ ਹੈ। ਹੈਲੋ ਮੇਜਰ ਭਾਜੀ ਸਟੇਜ ਤੇ ਆ ਰਹੇ ਜੀ, ਮੇਜਰ ਭਾਜੀ ਦੌਲੋ ਨੰਬਰ ਦੇ ਸਾਡੇ 6 ਨੰਬਰ ਰਹੇ ਨੇ, ਧਾਲੀਵਾਲ ਬੇੜ ਦੇ 10 ਨੰਬਰ ਰਹੇ ਨੇ, ਸਾਡੇ 6 ਦੇ ਮੁਕਾਬਲੇ 10 ਦੇ ਨਾਲ ਧਾਲੀਵਾਲ ਬੇੜ ਦੀ ਟੀਮ ਜੇਤੂ ਰਹੀ ਇਸ ਮੈਚ ਦੇ ਵਿੱਚ। ਅਗਲਾ ਮੈਚ ਜੋ ਹੈ ਟੋਡਰਮਲ ਤੇ ਕਾਰੀਸਰੀ, ਨਾਲ ਹੀ ਭੁਲਾਣਾ ਦੇ ਮੰਡੀਆਂ ਦੀਆਂ ਟੀਮਾਂ ਵੀ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ। ਟੋਡਰਮਲ ਤੇ ਕਾਰੀਸਰੀ ਅਗਲਾ ਮੈਚ ਖੇਡਿਆ ਜਾਵੇਗਾ ਇਸ ਮੈਦਾਨ ਦੇ ਅੰਦਰ। ਮੈਂ ਬੇਨਤੀ ਕਰਾਂ ਤਰਸੇਮ ਸਿੰਘ ਜੀ ਇਸ ਥਾਣਾ ਫਤਿਹ ਡਿੰਗਾ
ਮਨਜੀਤ ਸਿੰਘ ਜੀ ਪੰਜਾਬ ਪੁਲਿਸ, ਸੁਰੇਸ਼ ਸਿੰਘ ਜੀ ਪੰਜਾਬ ਪੁਲਿਸ, ਸਾਡੇ ਇਹਨਾਂ ਅਫਸਰ ਸਾਹਿਬਾਨ ਨੂੰ ਬੇਨਤੀ ਹੈ ਇਹ ਆਪਾਂ ਆਪਣਾ ਮਾਨ ਸਨਮਾਨ ਲੈ ਲੈਣਾ। ਪ੍ਰਸੀਮ ਸਿੰਘ ਜੀ ਚਾਂਡਾ ASI, ਸੁਰੇਸ਼ ਸਿੰਘ ਜੀ, ਮਨਜੀਤ ਸਿੰਘ ਜੀ ਪੰਜਾਬ ਪੁਲਿਸ, ਬੇਨਤੀ ਹੈ ਇਹ ਸਨਮਾਨ ਲੈ ਲੈਣ। ਅੱਜ ਵੱਡੇ ਮਾਣ ਵਾਲੀ ਗੱਲ ਹੋਏਗੀ ਜਿਵੇਂ ਸਾਡੇ ਜਸਵੀਰ ਸਿੰਘ ਚੰਨਾ ਫਰਾਸ ਵੱਲੋਂ ਪੰਜਾਬ ਦੀ ਵਰਲਡ ਦੀ ਬੁਲੰਦ ਆਵਾਜ਼ ਜਨਾਬ ਮੱਖਣ ਵਾਲੀ ਦਾ ਗੋਲਡ ਮੈਡਲ ਨਾਲ ਸਨਮਾਨ ਹੋਏਗਾ। ਸਾਡੇ ਗੁਰਦਿਆਲ ਸਿੰਘ ਜੀ ਫਰਾਂਸ, ਸਰਵਰ ਸਿੰਘ ਜੀ ਪੱਡਾ, ਉਹਨਾਂ ਵੱਲੋਂ 11,000 ਨਾਲ ਮੇਰੇ ਵੀਰ ਆਲਮ ਗੀਰ ਮਹਾਨ ਕਬੱਡੀ ਕਮੈਂਟਰ ਦਾ ਮਾਨ ਸਨਮਾਨ ਹੋਵੇਗਾ। ਇਹ ਅੱਜ ਦੇ ਯਾਦਗਾਰ ਪਲ ਹੋਣਗੇ। ਅਗਲੀਆਂ ਟੀਮਾਂ ਨੂੰ ਬੇਨਤੀ ਕਰਦੀ ਹੈ ਪੋਲਾਂ ਵੱਲ ਗੁਰਦਾਸਪੁਰ ਤੇ ਕਾਰੀ ਸਾਰੀ ਮੱਲੀਆਂ ਤੇ ਭੁਲਾਣਾ, ਇਹ ਟੀਮਾਂ ਨੂੰ ਬੇਨਤੀ ਜਲਦੀ ਖੇਡ ਮੈਦਾਨ ਵਿੱਚ ਆ ਜਾਣਾ। ਸਤਿਕਾਰਾਂ ਜੀ, ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਪੰਡਿਤ ਦੇ ਦੋਸਤ ਜਿਹਨਾਂ ਦੀ ਵੱਡੀ ਦੇਣ ਹੈ ਕਬੱਡੀ ਖੇਡ, ਮਾਂ ਖੇਡ ਕਬੱਡੀ ਨੂੰ, ਵਿਸ਼ੇਸ਼ ਤੌਰ ਤੇ ਪੰਡਿਤ ਜੀ ਸਵਾਗਤ ਜੀ ਆਇਆਂ ਨੂੰ। ਸਾਡੇ ਵਿਚਾਰਾ ਜੀ ਨਾਲ ਬਰਿੰਦਰ ਸਿੰਘ ਜੀ ਗਾਂਧੀ ਜੀ, ਕਾਲਾ ਯੂ ਐਸ ਏ ਦਾ ਧੰਨਵਾਦ ਹੈ ਤੇ ਨਾਲ ਹੀ ਸਾਡੇ ਵੀਰ ਮਾਨਯੋਗ